हाँ जी दोस्तों, टाणी उत्ते चिड़ी चूकदी, घुग्गी घूं घूं करदी, सूरज भी पिया मारे झातियां, पा चमकीली वरदी, करो दुआ के इस धरत दा सुखी वसे हर जी, खुरमी लैके आया है एक लप किरणा दी। सो दोस्तों, अज दे प्रोग्राम दे विच साडे नाल सूरज दियां किरणा वर्गे दोस्त मौजूद ने। असी उहदे नाल उहनां दे नाल तुहाडी गल्लबात करवाउणे आ, जिवें अक्सर ही असी पंज दरिया दे स्कॉटलैंड स्टूडियो राहीं तुहाडे नाल हर वार किसी ना किसी रोशन दिमाग शख्सियत दे नाल गल करवाने। असी पंजाबी विदेशों दे विच अपना सिर्फ कम्मां कारां दे लई नहीं आए, अपना भविख सवारन दे लई जां अपने पिछले जिहड़े परिवार आ उहनां नूं सुखाले करन दे लई ही नहीं आए, असी अपना विरसा, सभ्याचार, अपना गीत संगीत भी इस धरती ते नाल लैके आए हां। जिहड़े सज्जन नूं मैं तुहाडे रूबरू करन लग्गिआं, उहनां दा यूके दी धरती ते संगीत दे विच वड्डा नां, उन्हां दा नाम है परगन सिंह पंडाल। पंडाल साहब, तुहाडा पंज दरिया दे स्टूडियो च हार्दिक स्वागत है जी। ਖੁਰਮੀ ਸਾਹਿਬ, ਸਭ ਤੋਂ ਪਹਿਲਾਂ ਕਹਿੰਦੇ ਵੀ ਤੇਰੀ ਮਰਜ਼ੀ ਪੂਰੀ ਹੋਵੇ ਮੇਰੀ ਜ਼ਿੰਦਗੀ ਵਿੱਚ ਖੁਦਾਇਆ, ਹਾਂਜੀ, ਸਭਨਾ ਚੋਂ ਤੈਨੂੰ ਦੇਖਾਂ ਕੋਈ ਨਾ ਦਿਸੇ ਪਰਾਇਆ। ਵਾਹ ਵਾਹ। ਰੇਡੀਓ ਪੰਜ ਦਰਿਆ ਦੇ ਤਮਾਮ ਬਰਾਬਰ ਕੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਪਰਗਨ ਸਿੰਘ ਪੰਡਾਲ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਡਾਲ ਸਾਹਿਬ, ਪਹਿਲਾਂ ਇਸ ਧਰਤੀ ਤੇ ਪਹਿਲੀ ਵਾਰ ਪੈਰ ਕਦੋਂ ਰੱਖਿਆ? ਮੈਂ ਜੀ ਇਸ ਧਰਤੀ ਤੇ ਪਹਿਲੀ ਵਾਰੀ ਪੈਰ 1978 ਦੇ ਵਿੱਚ। ਹਾਂਜੀ ਹਾਂਜੀ, 78। ਇਹਦਾ ਮਤਲਬ ਤੁਸੀਂ ਆਪਣੇ ਸਾਰਾਪੁਰ ਇੱਕੋ ਵੇਲੇ ਆਏ ਸੀ, ਜਿਹਦੇ ਵਿੱਚ ਆਪਣੇ ਪ੍ਰੇਮੀ ਜੋਹਲ ਜੀ ਜਾਂ ਦੂਜੇ ਸਾਥੀ ਵੀ ਸਾਰੇ ਇੱਕੋ ਟਾਈਮ ਜਾਂ ਨਾਂ ਲੈਂਦੇ ਹੁੰਦੇ ਆ? ਨਹੀਂ ਜੀ, ਖੁਰਮੀ ਸਾਹਿਬ, ਮੈਂ ਇਸ ਯੂਰਪ ਦੀ ਧਰਤੀ ਤੇ ਪਹਿਲਾਂ 70 ਚ ਆਇਆ। ਪਹਿਲਾਂ 10 ਸਾਲ ਮੈਂ ਮਤਲਬ ਜਰਮਨੀ ਰਿਹਾ ਮੈਂ। ਅੱਛਾ ਜੀ। ਹਾਂ, ਫਿਰ ਮੇਰਾ ਉੱਥੇ ਵਿਆਹ ਹੋ ਗਿਆ, ਪਰ ਆਉਣੀ ਜਾਣੀ ਮੇਰੀ ਇਸ ਧਰਤੀ ਦੇ ਉੱਪਰ ਮੈਂ ਬਣੀ ਰਹੀ ਆ। ਹਾਂਜੀ। ਤੇ ਮੈਂ ਪ੍ਰੇਮੀ ਜੋਹਲ ਸਾਹਿਬ ਨੂੰ, ਹੋਰ ਜਿੰਨੇ ਵੀ ਗਰੁੱਪ, ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਮੈਂ ਜਾਣੀ ਸੁਣਦਾ ਰਿਹਾ ਇਹਨਾਂ ਨੂੰ। ਹਾਂਜੀ ਹਾਂਜੀ, ਉਹਨਾਂ ਜਮਾਨਿਆਂ ਚ। ਕਹਿੰਦੇ ਹੁੰਦੇ ਨਾ ਵੀ ਇੱਕ ਕਲਾਕਾਰ ਉਦੋਂ ਹੀ ਵੱਡਾ ਹੁੰਦਾ ਜਦੋਂ ਉਹ ਆਪਦੇ ਸਾਥੀ ਕਲਾਕਾਰਾਂ ਨੂੰ, ਆਪ ਤੋਂ ਛੋਟਿਆਂ ਨੂੰ ਪਿਆਰ ਕਰਦਾ ਤੇ ਵੱਡਿਆਂ ਦਾ ਸਤਿਕਾਰ ਕਰਦਾ। ਬਿਲਕੁਲ ਬਿਲਕੁਲ। ਇਹ ਦੇਖੋ ਜੀ, ਇਹ ਇੰਗਲੈਂਡ ਦੇ ਵਿੱਚ ਖੁਰਮੀ ਸਾਹਿਬ, ਇਹਨਾਂ ਕਲਾਕਾਰਾਂ ਦੀ ਬਹੁਤ ਵੱਡੀ ਦੇਣ ਆ। ਇਹਨਾਂ ਨੇ ਕੰਮ ਕਾਜ ਵੀ ਕੀਤੇ, ਨਾਲ ਬੱਚੇ ਵੀ ਪਾਲੇ, ਪਰਿਵਾਰ ਪਾਲੇ, ਕਿਸ਼ਤਾਂ ਤਾਰੀਆਂ, ਨਾਲ ਇਹਨਾਂ ਨੇ ਪੰਜਾਬੀ ਕਲਚਰ ਨੂੰ ਸਾਂਭੇ ਰੱਖਿਆ। ਬਹੁਤ ਵੱਡੀ ਇਹਨਾਂ ਦੀ, ਬਹੁਤ ਵੱਡੀ ਦੇਣ ਇਹਨਾਂ ਦੀ। ਪਰਮੀ ਸਾਹਿਬ, ਪੰਡਾਲ ਸਾਹਿਬ, ਇਸ ਗੀਤ ਸੰਗੀਤ ਦੇ ਜਿਹੜਾ ਖੇਤਰ ਆ, ਇਹਦੇ ਵਿੱਚ ਆਮਦ ਕਿਵੇਂ ਹੋਈ, ਤੁਹਾਡਾ ਆਉਣਾ ਕਿਵੇਂ ਹੋਇਆ? ਮੇਰਾ ਇੱਦਾਂ ਹੀ ਵੀ ਖੁਰਮੀ ਸਾਹਿਬ, ਮੈਂ ਦਰਅਸਲ ਛੋਟੀ ਉਮਰ ਤੋਂ ਮੇਰੇ ਸਤਿਕਾਰਯੋਗ ਮੇਰੇ ਮਾਮਾ ਜੀ ਲੱਗਦੇ ਹੀ ਘਰਾਂ ਤੋਂ ਹੀ ਜੀ, ਸਰਦਾਰ ਕਰਮਜੀਤ ਸਿੰਘ ਧੂਰੀ ਸਾਹਿਬ। ਹਾਂਜੀ, ਮਿੰਟੂ ਧੂਰੀ ਦੇ ਡੈਡੀ। ਹਾਂਜੀ, ਮਿੰਟੂ ਧੂਰੀ ਦੇ ਡੈਡੀ। ਮਿੰਟੂ ਧੂਰੀ ਦੇ ਡੈਡੀ, ਮੇਰਾ ਉਹਨਾਂ ਦੇ ਨਾਲ ਬਹੁਤ ਨਿੱਘੀ ਪਿਆਰ ਰਿਹਾ, ਤੇ ਨਾਲ ਦੇ ਆਪਣੇ ਨਰਿੰਦਰ ਬੀਬਾ ਜੀ। ਕਿਆ ਬਾਤ ਹੈ, ਕਿਆ ਬਾਤ ਹੈ। ਹਾਂ, ਇਹਨਾਂ ਦੇ ਨਾਲ ਮੇਰੀ ਫਿਰ ਉੱਠਣੀ ਬੈਠਣੀ ਸਾਰੀ ਜ਼ਿੰਦਗੀ ਗੁਜ਼ਾਰੀ। ਹਾਂਜੀ। ਪਰ ਮੇਰੇ ਕੁਝ ਧਾਰਮਿਕ ਆਪਣੇ ਸਾਡਾ ਪਰਿਵਾਰ ਹੋਣ ਦੇ ਨਾਤੇ ਮੈਂ ਫੀਲਡ ਵਿੱਚ ਬਹੁਤਾ ਫਿਰ ਉਦੋਂ ਆ ਨਹੀਂ ਸਕਿਆ, ਕਿਉਂਕਿ ਸਾਡੇ ਪਰਿਵਾਰ ਵਿੱਚ ਜ਼ਿਆਦਾ ਥੋੜੀ ਜੀ ਧਾਰਮਿਕ ਜਾਣੀ ਜ਼ਿਆਦਾ ਸੀ। ਤੇ ਫਿਰ ਮੈਂ ਜਦੋਂ ਇੱਥੇ ਇੰਗਲੈਂਡ ਆਇਆ, ਉਦੋਂ ਫਿਰ ਮੈਂ ਰਿਕਾਰਡਿੰਗ ਕਰਾਈ, ਤੇ ਮੈਂ 94 ਵਿੱਚ ਵੀ ਮੈਂ ਇੱਥੇ ਪੈਰ ਰੱਖਿਆ ਰਿਕਾਰਡਿੰਗ ਵਿੱਚ। ਪਰ ਮੈਂ ਛੋਟੀ ਉਮਰ ਤੋਂ ਇਹਨਾਂ ਦੇ ਨਾਲ ਹੀ ਰਿਹਾ। ਪਹਿਲਾ ਗੀਤ ਕਿਹੜਾ ਸੀ ਰਿਕਾਰਡ ਕਰਵਾਇਆ? ਪਹਿਲਾ ਗੀਤ ਮੈਂ ਰਿਕਾਰਡ ਕਰਾਇਆ ਜੀ, ਮਤਲਬ ਜਦ ਲੰਡਨ ਪਹੁੰਚ ਗਿਆ, ਹੁਣ ਤੋਂ ਚਿੱਠੀਆਂ ਪਿਆਰ ਦੀਆਂ ਪਾਉਂਦੀ। ਕਿਆ ਬਾਤ ਹੈ, ਤਾਂ ਸੁਖਸ਼ਿੰਦਰ ਸ਼ਿੰਦਾ ਜੀ ਨੇ ਵੀ ਗਾਇਆ ਨਾ ਬਾਅਦ ਚ? ਇਹ ਪਹਿਲਾ ਗੀਤ ਮੈਂ ਗਾਇਆ ਸੀ, ਉਸ ਤੋਂ ਬਾਅਦ ਸੁਖਸ਼ਿੰਦਰ ਸ਼ਿੰਦਾ ਜੀ ਨੇ ਵੀ ਮਤਲਬ ਬਾਅਦ ਚ ਇਹ ਆਪਣਾ ਰਿਕਾਰਡ ਕਰਾਇਆ। ਹਾਂਜੀ, ਉਹਨਾਂ ਨੇ ਦੋ ਗਾਣੇ ਰਿਕਾਰਡ ਕਰਾਏ ਮੇਰੇ ਬਾਅਦ। ਕਿਆ ਬਾਤ। ਜੇ ਬੁਰਾ ਨਾ ਮਨਾਓ ਤਾਂ ਤੁਸੀਂ ਕਰਮਜੀਤ ਧੂਰੀ ਜੀ ਦਾ ਨਾਂ ਲਿਆ, ਮਿੰਟੂ ਧੂਰੀ ਮੇਰੇ ਬਹੁਤ ਵਧੀਆ ਮਿੱਤਰ ਆ, ਤੇ ਮੈਂ ਚਾਹੁੰਗਾ ਕਿ ਬਾਪੂ ਦਾ ਗਾਣਾ ਕੋਈ ਨਾ ਕੋਈ ਜਿਹੜਾ ਤੁਹਾਡੀ ਜ਼ੁਬਾਨ ਤੇ ਆ, ਜਿਹੜਾ ਦੋ ਅੰਤਰੇ, ਇੱਕ ਅੰਤਰਾ, ਦੋ ਅੰਤਰੇ ਲਓ, ਉਹਨਾਂ ਦਾ ਮਸ਼ਹੂਰ ਗੀਤ ਆ। ਓ ਮਿੱਤਰਾਂ ਦੀ ਲੂਣ ਦੀ ਗਲੀ, ਨੀ ਤੂੰ ਮਿਸ਼ਰੀ ਬਰੋਬਰ ਜਾਣੀ ਨੀ, ਸੱਜਣਾ ਦੀ ਗੜਵੀ ਦਾ ਮਿੱਠਾ ਸ਼ਰਬਤ ਵਰੇਗਾ ਪਾਣੀ ਨੀ, ਮਿੱਤਰਾਂ ਦੀ ਲੂਣ ਦੀ ਗਲੀ, ਵਾਹ, ਨੀ ਕਾਸ ਨੂੰ ਗਮਾਨ ਕਰਦੀ, ਗੋਰੇ ਰੰਗ ਨੇ ਸਦਾ ਨਹੀਂ ਰਹਿਣਾ, ਨੀ ਜਿੰਦਗਾਨੀ ਚਾਰ ਰੋਜ ਦੀ, ਬਿਲੋ ਮਨ ਫਕਰਾਂ ਦਾ
ਕਹਿਣਾ ਨੀ ਉਹ ਜੱਗ ਤੈਨੂੰ ਠੱਗ ਨਾ ਲਵੇ ਤੇਰੀ ਲੱਗਦੀ ਏ ਉਮਰ ਨਿਆਣੀ ਨੀ ਮਿੱਤਰਾਂ ਦੀ ਲੂਣ ਦੀ ਗਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ ਨੀ दर्शकां नूं साडे श्रोतियां नूं दस देवां कि हाल ही दे विच परगन सिंह पंडाल जी का एक नवां गीत आया उस गीत दे संबंध विच भी असीं उहनां नाल गल्लबात करदे आं। पंडाल साहिब जिहड़ा नवां गीत आया ਉਹਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਕਰਮ ਸਿੰਘ ਕਰਮ ਜੀ ਮਨਜਿੱਤ ਅਖਬਾਰ ਦੇ ਮੁੱਖ ਸੰਪਾਦਕ ਕਰਤਾ ਧਰਤਾ ਉਹਨਾਂ ਦਾ ਲਿਖਿਆ ਹੋਇਆ ਮੇਰੇ ਕੋਲ ਪਹਿਲਾਂ ਵੀ ਇਹ ਗੱਲ ਪਹੁੰਚੀ ਸੀ ਕਿ ਪਰਗਨ ਪੰਡਾਲ ਜੀ ਉਹ ਗੀਤ ਗਾ ਰਹੇ ਆ, ਉਸ ਗੀਤ ਬਾਰੇ ਚਾਨਣਾ ਪਾਓ ਨਾਂ ਕੀ ਹੈ, ਗਾਉਣ ਦਾ ਸਬੱਬ ਕਿਵੇਂ ਬਣਿਆ? ਉਹ ਦਸਲ ਖੁਰਮੇ ਸਾਹਿਬ ਮੇਰੇ ਉਹਨਾਂ ਦੇ ਨਾਲ ਬਹੁਤ ਨਿੱਜੀ ਪਿਆਰ, ਮੇਰੇ ਬੜੇ ਜੀ ਦੋਸਤ ਦਾ ਸਤਿਕਾਰਯੋਗ ਹੈ ਕਰਮ ਸਿੰਘ ਕਰਮ। ਹਾਂਜੀ, ਤੇ ਉਹਨਾਂ ਦੇ ਮੈਂ ਦਫ਼ਤਰ ਚ ਗਿਆ, ਮੰਨ ਗਿਆ ਤੇ ਦਫ਼ਤਰ ਚ ਗਿਆ ਤੇ ਉਹਨਾਂ ਨੇ ਮੈਨੂੰ ਇੱਕ ਗੀਤ ਸਿਖਾ ਲਿਆ ਵੀ ਕਹਿੰਦੇ ਵੀ ਇਹ ਆਪਣਾ ਗੀਤ ਹੈ ਵੀ ਜੋ ਕਰ ਸਕਦਾ ਕਰਦਾ ਜਾ, ਜੋ ਹੋਈ ਜਾਂਦਾ ਜਰਦਾ ਜਾ, ਜੋ ਹੋਣਾ ਹੈ ਹੋਈ ਜਾਣਾ ਉਸਦੀ ਨਾ ਤੂੰ ਕਰ ਪਰਵਾਹ। ਇਹ ਗੀਤ ਮੈਂ ਜਦੋਂ ਆਪਣੇ ਸੰਗੀਤਕਾਰ ਅੰਮ੍ਰਿਤਸਰ ਦਲਜੀਤ ਸਿੰਘ ਭਾਜੀ ਨਾਲ ਮੈਂ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਭਾਜੀ ਵੀ ਉਹ ਕਹਿੰਦੇ ਵੀ ਪੜਾ ਸਾਹਿਬ ਇਹ ਕੋਨਸੈਪਟ ਅੱਜ ਤੱਕ ਇਹਨੇ ਗਾਇਆ ਨੀ ਗਾ ਵੀ ਜੋ ਕਰ ਸਕਦਾ ਕਰਦਾ ਜਾ, ਜੋ ਹੋਈ ਜਾਂਦਾ ਜਰਦਾ ਜਾ। ਹਾਂਜੀ ਹਾਂਜੀ, ਤੇ ਇਹ ਤੂੰ ਇਹ ਮਤਲਬ ਗੀਤ ਇਹ ਕਹਿੰਦੇ ਗੀਤ ਆਪਾਂ ਮਤਲਬ ਵੀ ਜ਼ਰੂਰ ਆਪਾਂ ਕਰਨਾ ਰਿਕਾਰਡ ਕਰਨਾ। ਠੀਕ ਹੈ, ਸੋ ਇਹ ਗੀਤ ਜਦੋਂ ਮੈਂ ਪੜਿਆ ਤਾਂ ਉਹਨਾਂ ਨੇ ਪੜਿਆ ਦਲਜੀਤ ਭਾਜੀ ਨੇ, ਸੰਗੀਤਕਾਰ ਭਾਜੀ ਨੇ, ਤੇ ਉਹ ਕਹਿੰਦੇ ਵੀ ਇਹ ਗੀਤ ਅਸੀਂ ਆਪਾਂ ਕਿਉਂਕਿ ਇਹ ਗੀਤ ਸਾਰਾ ਇਹਨਾਂ ਖੁਰਮੇ ਸਾਹਿਬ ਆਪਣਾ ਗੁਰਬਾਣੀ ਦੇ ਆਧਾਰ ਤੇ ਆ। ਠੀਕ ਹੈ ਜੀ, ਠੀਕ ਹੈ, ਗੁਰਬਾਣੀ ਆਪਾਂ ਨੂੰ ਹਮੇਸ਼ਾ ਪੋਜ਼ਿਟਿਵ ਐਨਰਜੀ ਦਿੰਦੀ ਆ। ਉਹ ਕਹਿੰਦੇ ਵੀ ਜ਼ਿੰਦਗੀ ਵਿੱਚ ਅਪਸ ਡਾਊਨ ਮਲਾਉਂਦੇ ਜਾਂਦੇ ਰਹਿੰਦੇ, ਜੇ ਇੱਕ ਕੰਮ ਨੀ ਚੱਲਦਾ ਤੁਸੀਂ ਹਿੰਮਤ ਨੀ ਹਾਰਨੀ। ਹਾਂਜੀ ਹਾਂਜੀ, ਕਹਿ ਰਹੀ ਹਾਂ ਰਹਿਣਾ ਵੀ ਬਿਲਕੁਲ ਬਿਲਕੁਲ। ਤੇ ਕਿੰਨੇ ਕੁ ਉਤਸ਼ਾਹ ਤੋਂ ਇਸ ਗੀਤ ਤੋਂ? ਇਸ ਗੀਤ ਤੋਂ ਮੈਂ ਇੰਨਾ ਉਤਸ਼ਾਹ ਵਾ ਵੀ ਮੈਂ ਕਿਉਂਕਿ ਮੇਰੇ ਥੋੜੇ ਵਿਚਾਰ ਵੀ ਥੋੜੇ ਜਿਹੇ ਏਦਾਂ ਦੇ, ਮੇਰੀ ਮੈਂ ਉਸ ਫੈਮਿਲੀ ਵਿੱਚੋਂ ਮੇਰੀ ਪਰਵਰਿਸ਼ ਹੋਈ ਆ ਵੀ ਜਿੱਥੇ ਰੂਹਾਨੀਅਤ ਤੇ ਧਾਰਮਿਕ ਵਿਚਾਰਾਂ ਦਾ ਜ਼ਿਆਦਾ ਰਿਹਾ ਵਾ ਜਾਣੀ ਜ਼ੋਰ, ਤੇ ਹਾਂਜੀ ਇਹ ਗਾਣਾ ਜਾਣੀ ਕਿ ਮੇਰੀ ਜ਼ਿੰਦਗੀ ਦੇ ਬੜੇ ਕਲੋਜ਼ ਆ ਵੀ ਕਿਉਂਕਿ ਇਹਦੇ ਵਿੱਚ ਬਹੁਤ ਜਿੱਥੇ ਗਿਆ ਦੀ ਕਦਰ ਨਾ ਹੋਵੇ ਉੱਥੇ ਕਦੇ ਨਾ ਬੇਚੀ ਜਾ, ਹਾਂਜੀ ਹਾਰ ਦਿੱਸੇ ਜੇ ਬੋਲਣ ਦੇ ਵਿੱਚ ਚੁੱਪ ਰਹਿਣ ਕੀ ਬੜਾ ਬਚਾ। ਕਿਆ ਬਾਤ ਕਿਆ ਬਾਤ, ਜਾਣੀ ਕਿ ਮੱਤਾਂ ਜ਼ਿੰਦਗੀ ਦੀਆਂ ਮੱਤਾਂ, ਡਰ ਨੂੰ ਅਤੇ ਡਰਾਉਣ ਦੇ ਨਾਲ ਚੰਗਾ ਲਈਏ ਪ੍ਰੇਮ ਵਧਾ, ਨਾਲ ਨਿਮਰਤਾ ਬੋਲ ਕੇ ਮਿੱਠਾ ਸਭ ਨੂੰ ਲਈਏ ਯਾਰ ਬਣਾ, ਜੋ ਕਰ ਸਕਦਾ ਕਰਦਾ ਜਾ, ਜੋ ਹੋਈ ਜਾਂਦਾ ਜਾਂਦਾ ਜਾ। ਬਹੁਤ ਵਧੀਆ। ਪੰਡਾਲ ਸਾਹਿਬ ਇੱਕ ਇਹ ਵੱਡੀ ਗੱਲ ਹੁੰਦੀ ਆ ਕਿ ਕਿਸੇ ਗੀਤ ਨੂੰ ਤੁਸੀਂ ਇੰਨਾ ਦਿਲੋਂ ਚਾਹੁੰਦੇ ਹੋ ਫਿਰ ਗਾਓ ਵੀ, ਹਨਾ, ਫਿਰ ਹੀ ਰੂਹ ਨਾਲ ਗਾਇਆ ਜਾਂਦਾ। ਤੇ ਤੁਸੀਂ ਯੂਕੇ ਦੀ ਧਰਤੀ ਦੇ ਉੱਤੇ ਜਿਹੜੇ ਸਾਡੇ ਵਿਆਹਾਂ ਸ਼ਾਦੀਆਂ ਜਾਂ ਸਾਡੇ ਪੰਜਾਬੀ ਆਪਣੇ ਕਹਿ ਲਓ ਕਿ ਜਿਹੜੇ ਰੀਤੀ ਰਿਵਾਜ ਆ, ਤੁਸੀਂ ਉਹਨਾਂ ਨੂੰ ਗੀਤਾਂ ਦੇ ਰੂਪ ਦੇ ਵਿੱਚ ਲੈ ਕੇ ਆਏ ਹੋ, ਕੋਈ ਇਹੋ ਜਿਹਾ ਗੀਤ ਜਿਹੜਾ ਤੁਹਾਨੂੰ ਲੱਗੇ ਕਿ ਮੈਂ ਮਾਣ ਨਾਲ ਕਹਿ ਸਕਦਾ, ਉਹ ਕਿਹੜਾ ਗੀਤ? ਖੁਰਮੇ ਸਾਹਿਬ ਮੈਂ ਕੋਈ ਈਗੋ ਨਾਲ ਨੀ ਇਹ ਗੱਲ ਕਹਿਣੀ ਚਾਹੁੰਦਾ ਕਿ ਪਰਗਮ ਬੜਾਲ ਮੱਲ ਦੇ ਆਪਣੇ ਗੀਤ ਦੀ ਵਡਿਆਈ ਕਰਦਾ। ਮੇਰਾ ਗੀਤ ਪਹਿਲਾ ਸੁਖਸ਼ਿੰਦਰ ਸ਼ਿੰਦਾ ਜੀ ਨੇ ਰਿਕਾਰਡ ਕੀਤਾ ਹੈ ਨਾਨਕਾ ਮੇਲ 95 ਦੇ ਵਿੱਚ। ਅੱਛਾ ਜੀ, ਉਦੋਂ ਮੇਰਾ ਆਪਣਾ ਪਰਸਨਲ ਓਪੀਨੀਅਨ ਆ, ਮੇਰਾ ਹਾਲ ਉਦੋਂ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਨਾਨਕਾ ਮੇਲ ਬਹੁਤ ਲੋਕਾਂ ਨੇ ਘੱਟ ਗਾਇਆ ਸੀ, ਤੇ ਜਦੋਂ ਇਹ ਸੁਖਸ਼ਿੰਦਰ ਸ਼ਿੰਦਾ ਜੀ ਨੇ ਮੇਰਾ ਨਾਨਕਾ ਮੇਲ ਰਿਕਾਰਡ ਕੀਤਾ ਉਦੋਂ ਨਾ ਇਹ ਨਾਨਕਾ ਮੇਲ ਮੇਰਾ ਮਤਲਬ ਉਦੋਂ ਨਾ ਆਪਣੇ ਇਹ ਜਦੋਂ ਆਇਆ ਤੇ ਇਹ ਜਾਣੀ ਕਾਫੀ ਚੱਲਿਆ ਨਾਨਕਾ ਮੇਲ ਮੇਰਾ ਉਦੋਂ। ਹਾਂਜੀ ਹਾਂਜੀ, ਤੇ ਉਹ ਉਦੋਂ ਸੀ ਨਾਨਕਾ ਮੇਲ ਦਾ ਗਿੱਧਾ ਬਾਈ ਪਰਗਨ ਬਾਈ ਉਦੋਂ ਪੰਡਾਲ ਜੀ ਮੈਂ ਨਾਲ ਉਹਦਾ ਪੰਡਾਲ ਲਾਉਣਾ ਸ਼ੁਰੂ ਕੀਤਾ, ਉਦੋਂ ਨਾਨਕਾ ਮੇਲ ਦਾ ਗਿੱਧਾ ਤੇ ਪਰਗਨ ਤੇ ਰੱਜ ਕੇ ਦੇਸੀ ਟੇਪ ਆਈ ਉਹਦੇ ਵਿੱਚ ਇਹ ਗੀਤ ਸੀ। ਕਿਆ ਬਾਤ ਕਿਆ ਬਾਤ ਕਿਆ ਬਾਤ ਪੰਡਾਲ ਸਾਹਿਬ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਤੇ ਅਸੀਂ ਜਾਂਦੇ ਜਾਂਦੇ ਪੰਜ ਦਰਿਆ ਦੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ ਜੀ, ਮੇਰੇ ਵੱਲੋਂ ਇਹ ਸੁਨੇਹਾ ਪੰਜ ਦਰਿਆ ਦੇ ਰੇਡੀਓ ਤਮਾਮ ਬਰਾਬਰ ਦੇ ਸਰੋਤਿਆਂ ਨੂੰ ਕਿ ਜ਼ਿੰਦਗੀ ਇਹ ਮਤਲਬ ਮਸਾਂ ਮਿਲੀ ਆ, ਇਹਨੂੰ ਪਿਆਰ ਸਤਿਕਾਰ ਦੇਣਾ, ਹਰ ਇੱਕ ਨੂੰ ਜਾਣੀ ਹਰ ਇੱਕ ਦੇ ਨਾਲ ਜਿਹੜੀ ਨਫ਼ਰਤਾਂ ਨੂੰ ਦੂਰ ਕਰੋ, ਇਹ ਨਫ਼ਰਤ ਨੂੰ ਜੜੋ ਪੜ ਦਿਓ,
ਜੀ ਹਰ ਕਿਸੇ ਨਾਲ ਪ੍ਰੇਮ ਪਿਆਰ ਨਾ ਰਹੋ, ਕਿਸੇ ਨਾਲ ਜੈਲਸ ਨਾ ਕਰੋ, ਕਿਉਂਕਿ ਜ਼ਿੰਦਗੀ ਛੋਟੀ ਜੀ ਆ, ਆਪਾਂ ਇੱਕ ਦੂਜੇ ਦੇ ਨਾਲ ਪ੍ਰੇਮ ਪਿਆਰ ਨਾਲ ਸਾਰੀ ਜ਼ਿੰਦਗੀ ਨਿਭਾਉਣੀ ਆ। ਇਹ ਮੇਰੇ ਵੱਲੋਂ ਤੇ ਸਭ ਤੋਂ ਵੱਡੀ ਗੱਲ ਵੀ ਚੰਗਾ ਸੁਣੋ, ਬਿਲਕੁਲ ਬਿਲਕੁਲ ਬਹੁਤ ਜ਼ਰੂਰੀ ਆ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਅਸੀਂ ਵੀ ਸਾਡੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦਾ ਜਿਹੜਾ ਨਵਾਂ ਆਇਆ ਗੀਤ ਆ ਉਹਦਾ ਲਿੰਕ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ, ਜੋ ਕਰ ਸਕਦਾ ਜ਼ਰੂਰ ਸੁਣਿਓ, ਕਿਉਂਕਿ ਇਹ ਇੱਕ ਕਲਾਕਾਰ ਨੂੰ ਹੌਸਲਾ ਅਫਜਾਈ ਨਹੀਂ ਹੁੰਦੀ, ਜਿਹਨੇ ਗਾਇਆ ਇਕੱਲੇ ਉਹਨੂੰ ਹੌਸਲਾ ਅਫਜਾਈ ਨਹੀਂ ਹੁੰਦੀ, ਇਹ ਆਉਣ ਵਾਲੇ ਤੇ ਚੰਗਾ ਹੋਰ ਗਾਉਣ ਵਾਲਿਆਂ ਲਈ ਵੀ ਰਾਹ ਖੋਲਦਾ, ਕਿਉਂਕਿ ਜੇ ਤੁਸੀਂ ਊਟ ਪਟਾਂਗ ਸ਼ਬਦਾਵਲੀ ਨੂੰ ਮਾਨ ਸਤਿਕਾਰ ਦਿਓਗੇ, ਸਿਰ ਤੇ ਬਿਠਾਓਗੇ, ਤਾਂ ਊਟ ਪਟਾਂਗ ਗਾਉਣ ਵਾਲਿਆਂ ਦੀਆਂ ਹੇੜਾਂ ਤੁਰ ਪੈਣਗੀਆਂ, ਤੇ ਜੇ ਤੁਸੀਂ ਚੰਗੇ ਨੂੰ ਸਲਾਹੋਗੇ ਤਾਂ ਚੰਗਿਆਂ ਦੀਆਂ ਜਿਹੜੀਆਂ ਡਾਰਾਂ ਪੈਦਾ ਹੋਣੀਆਂ ਜ਼ਰੂਰੀ ਹੈ, ਕਿਉਂਕਿ ਇਸ ਸਮਾਜ ਦੀ ਇਸ ਸਾਡੇ ਮਾਹੌਲ ਦੀ ਖੂਬਸੂਰਤੀ ਹੋਈ ਇਸੇ ਚ ਕਿ ਸਾਡੇ ਕੰਨਾਂ ਨੂੰ ਚੰਗੇ ਬੋਲ ਸੁਣਨ ਨੂੰ ਮਿਲਣ। ਸਿੰਘਾਂ ਸਰਦਾਰਾਂ ਦਾ ਕਦੀ ਕਦੀ ਬੰਦੇ ਨੂੰ ਹਾਲਾਤ ਵੀ ਨਾ ਮਾਰਦੇ, ਮੌਤ ਹੀ ਜਰੂਰੀ ਨੀ ਮਰ ਜਾਣ ਵਾਸਤੇ, ਚੰਗੇ ਗੀਤ ਜਿਹੜੇ ਉਹਨਾਂ ਨੂੰ ਸੁਣਨ ਵਾਸਤੇ ਹਜੇ ਕਦਰਦਾਨ ਲੋਕ ਕਾਫੀ ਦੁਨੀਆਂ ਵਿੱਚ ਹੈਗੇ ਆ ਜੀ, ਹੈਗੇ ਆ ਕਾਫੀ। ਬਹੁਤ ਬਹੁਤ ਮਿਹਰਬਾਨੀ ਪੰਡਾਲ ਸਾਹਿਬ, ਧੰਨਵਾਦ, ਫਿਰ ਮਿਲਦੇ ਹੋਵਾਂਗੇ। ਮੈਂ ਕਰਮੀ ਸਾਹਿਬ ਤੁਹਾਡਾ ਧੰਨਵਾਦੀ ਆ, ਸਾਰੀ ਮੈਨੇਜਮੈਂਟ ਕਮੇਟੀ ਦਾ, ਪੰਜ ਦਰਿਆ ਦੇ ਰੇਡੀਓ ਦਾ, ਤੁਸੀਂ ਬੁਲਾ ਕੇ ਮੈਨੂੰ ਰੂਬਰੂ ਕੀਤਾ, ਰੱਬ ਤਰਵਾਈ ਕੁਛ ਰੱਖੇ, ਚੜ੍ਹਦੀ ਕਲਾ ਜੇ ਰੱਖੇ, ਜਿਉਂਦੇ ਵਾਸਤੇ ਰਹੋ, ਮਿਹਰਬਾਨੀ, ਓਕੇ, ਬੜੀ ਮਿਹਰਬਾਨੀ। ਸੋ ਦੋਸਤੋ, ਇਹ ਸਨ ਪਰਗਨ ਸਿੰਘ ਪੰਡਾਲ, ਜਿਨ੍ਹਾਂ ਨੇ ਪੰਜਾਬੀ ਸੰਗੀਤ ਖੇਤਰ ਦੇ ਵਿੱਚ, ਯੂਕੇ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ, ਤੇ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਨਵੇਂ ਆਏ ਗੀਤ ਨੂੰ ਬਣਦਾ ਸਰਦਾ ਮਾਣ ਸਤਿਕਾਰ ਜ਼ਰੂਰ ਦਿਓ। ਇਸੇ ਤਰ੍ਹਾਂ ਹੀ ਅਗਲੇ ਐਪੀਸੋਡ ਦੇ ਵਿੱਚ, ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਫਿਰ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗੇ। ਦਿਓ ਇਜਾਜ਼ਤ, ਧੰਨਵਾਦ।